ਹੈਲੋ ਗਾਈਸ, ਬਾਈ ਕਿਆ ਹਾਲ ਚਾਲ? ਯੂਟਿਊਬ ਫੈਮਿਲੀ ਠੀਕ ਠਾਕ? ਬਾਈ ਅੱਜ ਹੈਗੀ ਜਨਮਅਸ਼ਟਮੀ, ਸਾਨੂੰ ਜਨਮਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ। ਬਾਕੀ ਹੁਣ ਮੰਦਰ ਚੱਲੇ ਅਸੀਂ, ਮੰਦਰ ਤਾਂ ਤੁਹਾਨੂੰ ਪ੍ਰੋਪਰ ਵੀ ਦੱਸਦੇ, ਦੇਖੋ ਸਾਰੇ ਦਰਸ਼ਨ ਕਰਕੇ ਆ ਰਹੇ ਹਾਂ। ਜੇ ਨੂੰ 7:30 ਹੋ ਗਏ ਹੈ ਅਤੇ 8:30 ਆਪਣਾ ਹਵਨ ਸਟਾਰਟ ਹੈ, 10:30-11 ਵਜੇ ਤੱਕ। ਫਿਰ ਉਸ ਤੋਂ ਬਾਅਦ ਪੂਰਾ ਪ੍ਰੋਪਰ ਵੀ ਦੱਸੂਗਾ, ਫਿਰ ਸ਼ਾਮ ਨੂੰ ਵੀ ਹੈਗਾ ਪ੍ਰੋਗਰਾਮ, ਜਨਮਅਸ਼ਟਮੀ ਧੂਮਧਾਮ ਮਨਾਉਣਗੇ, ਠੀਕ ਹੈ ਜੀ। ਬਾਕੀ ਤਾਂ ਹੁਣ ਅਸੀਂ ਇੱਥੇ ਜਾਊਂਗੇ ਅਤੇ ਬਾਈ ਉਸ ਤੋਂ ਬਾਅਦ ਅਸੀਂ ਰੋਪੜ ਵੀ ਜਾਊਂਗੇ, ਠੀਕ ਹੈ ਜੀ। ਰੋਪੜ 'ਚ ਵੀ ਜਨਮਅਸ਼ਟਮੀ ਮਨਾ ਰਹੇ ਹਾਂ ਬੜੀ ਧੂਮਧਾਮ ਨਾਲ, ਅਤੇ ਪਹਿਲਾਂ ਇੱਥੇ ਅਟੈਂਡ ਕਰ ਲੈਂਦੇ ਹਾਂ ਫੰਕਸ਼ਨ, ਫਿਰ ਉਸ ਤੋਂ ਸਿੱਧਾ ਡਾਇਰੈਕਟ ਚੱਲੂੰਗਾ ਰੋਪੜ। ਰੋਪੜ 'ਚ ਕੰਮ ਆਪਣਾ ਘੁੰਮ ਫਿਰ ਕੇ ਜਨਮਅਸ਼ਟਮੀ ਕਿੱਥੇ, ਅਤੇ ਲਹਿਰ ਸ਼ਾਹ ਮੰਦਰ ਚੱਲੂੰਗੇ, ਰੋਪੜ ਚੱਲੂੰਗੇ, ਸਾਰੇ ਕਿਤੇ ਚੱਲੂੰਗੇ, ਠੀਕ ਹੈ ਜੀ। ਬਾਕੀ ਸਭ ਤੋਂ ਪਹਿਲਾਂ ਇੱਥੇ ਚੱਲਦੇ ਹਾਂ ਮੰਦਰ, ਫਿਰ ਸਿੱਧਾ ਡਾਇਰੈਕਟ ਤੁਹਾਨੂੰ ਫਿਰ ਅਸੀਂ ਮੰਦਰ 'ਚ ਮਿਲਦੇ 8:30। ਦੇਖੋ ਫਾਈਨਲੀ ਇੱਥੇ ਫੋਟੋ ਸ਼ੂਟ ਚੱਲ ਰਿਹਾ ਅਤੇ ਸਾਰੇ ਫੋਟੋ ਸ਼ੂਟ ਕਰਵਾ ਰਹੇ, ਪੰਡਿਤ ਜੀ ਵੀ ਆ ਗਏ, ਸਾਰੇ ਛੋਟੇ ਬੱਚੇ ਆ ਗਏ, ਦੇਖੋ ਸਾਰੇ ਆ ਗਏ ਛੋਟੇ ਬੱਚੇ, ਸਾਰੇ ਫੋਟੋ ਸ਼ੂਟ ਕਰਵਾ ਰਹੇ ਆ। ਦੇਖੋ ਇਹ ਬੱਚੇ ਖੇਡ ਰਹੇ ਆ ਵੀ, ਇਹ ਵੀ ਖੇਡ ਰਹੇ ਵੇ, ਦੇਖੋ ਹੈਲੋ ਆਪ ਵੀ ਲੈ ਲਓ। ਗਾਈਜ਼ ਬਾਈ ਫਾਈਨਲੀ 8:15 ਹੋ ਗਏ ਬਾਈ, ਮੈਂ ਘਰ ਜਾ ਰਿਹਾ 5-10 ਮਿੰਟ ਲਈ, ਇਹ ਦੇਖ ਆਉਂਦੇ ਆ ਅਤੇ ਹਵਨ ਸਟਾਰਟ ਹੋਣ ਜਾ ਰਿਹਾ, ਬਸ ਆਉਣੇ ਸਟਾਰਟ ਹੋ ਗਿਆ ਸਾਰੇ, ਅਤੇ 8:30 ਵਜੇ ਤੱਕ 8:35 ਤੱਕ ਹਵਨ ਸਟਾਰਟ ਹੋਣਾ, ਜਿਵੇਂ ਹਵਨ ਸਟਾਰਟ ਹੁੰਦਾ ਮੈਂ ਦੱਸਦਾ ਤੁਹਾਨੂੰ। ਬਾਏ ਗਾਈਜ਼ ਬਾਈ, ਦੇਖੋ ਫਾਈਨਲੀ ਮੰਦਰ ਜਾ ਰਿਹਾ ਬਾਈ, ਇੱਕ ਤਾਂ ਗਰਮੀ ਬਹੁਤ ਜ਼ਿਆਦਾ ਲੱਗ ਰਹੀ, ਉੱਪਰੋਂ ਲਾਈਟ ਨਹੀਂ ਹੈ, ਅਤੇ ਮੈਂ ਕਿਹਾ ਕੰਮ ਵੀ ਕਰਨਾ ਸੀ ਥੋੜ੍ਹਾ ਜਿਹਾ ਕੰਪਨੀ ਦਾ, ਅਤੇ ਹੁਣ ਹਲੇ ਉਹ ਵੀ ਨਹੀਂ ਹੋ ਸਕਿਆ, ਹੁਣ ਮੈਂ ਸਿੱਧਾ ਟੈਕਸ ਚੱਲਦੇ ਆ, ਠੀਕ ਹੈ ਮੰਦਰ ਚੱਲਦੇ ਆ, ਮੰਦਰ 'ਚ ਹਵਾ ਸਟਾਰਟ ਹੋ ਗਿਆ ਅਤੇ ਹਵਨ ਸਟਾਰਟ ਹੁੰਦੇ ਹੋਏ ਦੱਸਦਾ ਤੁਹਾਨੂੰ।
ਮੈਂ ਘਰ ਬੈਠਣ ਕੋਲ ਫਾਇਦਾ, ਲਾਈਟ ਤਾਂ ਹੈ ਨਹੀਂ, ਗਰਮੀ ਲੱਗੀ ਆ ਰਹੀ ਆ ਦੇਖੋ। ਬਾਕੀ ਹੁਣ ਮੰਦਰ ਚੱਲਦੇ ਆ, ਮੰਦਰ ਜਾ ਕੇ ਤੁਹਾਨੂੰ ਹਵਨ ਦਾ ਪ੍ਰੋਪਰ ਦੱਸ ਦੇਵੇ। ਹਾਂ ਦੇਖੋ ਜੀ, ਅਤੇ ਭਾਈ ਚੱਲਦੇ ਫਿਰ ਮੰਦਰ ਜਾ ਕੇ ਆਉਂਦੇ ਆ। ਦੇਖੋ ਜੀ ਭਾਅ ਜੀ, ਇਹ ਹੈ ਕੰਮ ਕਰਨ ਵਾਲੇ ਬੰਦੇ। ਹੋਰ ਕਿਆ ਹਾਲ ਚਾਲ ਭਾਅ ਜੀ? ਵਧੀਆ, ਠੀਕ ਠਾਕ। ਹਾਂ ਦੇਖੋ ਜੀ ਬਾਈ, ਵੀਡੀਓ ਬਣਾਵਾ ਜਾਂ ਦੇਖੋ, ਅੱਜ ਆਏ ਆ, ਬਹੁਤ ਦਿਨਾਂ ਬਾਅਦ ਮੰਦਰ ਆਏ। ਆਹ ਦੇਖੋ ਜੀ, ਇਹਨਾਂ ਘੁਮਾਉਣਾ ਪੈਣਾ, ਆਂਟੀ ਮੰਦਰ ਆਏ। ਆਹ ਦੇਖੋ ਹੈ ਕੀਤੀ ਆ, ਦਾਦਾ ਦੇਖ ਲਓ ਮਰ। ਆਹ ਦੇਖੋ ਆਂਟੀ ਵੀ ਆਏ ਅੱਜ, ਆਂਦਾ ਅੰਦਰ ਨਹੀਂ ਬਣਾਉਣਾ ਮੈਂ। ਨਮਸਤੇ, ਓਮ ਬਲਿ ਮਨਃ ਪਵਿੱਤਰੋ ਵਾ ਸਰਵਾ ਵਸਨਾਂ ਗਤੋ ਵਿਵਾ ਯਸ੍ਰੇ ਪੁਣੇ ਗਾਚੰ ਸਾਯ ਧੰਦ੍ਰਾਸ੍ਤੇ ਪੁਣੇ ਗਾਚ ਬੁਨਾਂ ਦੋ ਪੁਣੇ ਗਾਚ ਬੁਨਾਂ ਦੋ ਚਮਲਿ ਮਨਃ ਵਾ ਮਹਾਸੰ ਹੋਮ ਸਦੇਵੋ ਨਿਰਧਨੰ ਪੰਡੇ ਹੋਮ ਸਦਾ ਹੋ।
ਇਸ ਵਾਰੀ ਹਵਨ ਹੋ ਗਿਆ ਖਤਮ ਇਸ ਟਾਈਮ, ਅਤੇ ਹੁਣ ਪ੍ਰਸ਼ਾਦ ਲੈ ਰਹੇ ਹਾਂ, ਹੁਣ ਪ੍ਰਸ਼ਾਦ ਲੈ ਕੇ ਚੱਲਦੇ ਹਾਂ। 10:20 ਮਿੰਟ ਹੋ ਗਿਆ, ਬਾਕੀ ਆ ਦੇਖੋ ਨੀਚੋ ਆਇਆ, ਆ ਦੇਖੋ ਗਾਇਜ਼। ਬਾਈ ਫਾਈਨਲੀ ਪ੍ਰਸ਼ਾਦ ਮਿਲ ਗਿਆ, ਅਤੇ ਹੁਣ 10:30 ਹੋ ਗਏ ਆ, ਆਪਣਾ ਹਵਨ ਖਤਮ ਹੋ ਗਿਆ, ਅਤੇ ਹੁਣ ਜੋ ਵੀ ਪ੍ਰੋਗਰਾਮ ਆ ਉਹ ਸ਼ਾਮ ਨੂੰ ਹੈ, ਅਤੇ ਸ਼ਾਮ ਨੂੰ 8:30 ਪ੍ਰੋਗਰਾਮ ਸਟਾਰਟ ਹੋ ਜੂਗਾ। ਠੀਕ ਹੈ ਜੀ, ਇਹ ਬਲੌਗ ਮੈਂ ਹੁਣ ਜਾਂਦੇ ਅਪਲੋਡ ਕਰ ਦੂੰਗਾ, ਤੁਸੀਂ ਦੇਖ ਲਿਓ ਸਾਰੇ। ਠੀਕ ਹੈ ਜੀ, ਬਾਕੀ ਤਾਂ ਹੁਣ ਅਸੀਂ ਚੱਲਦੇ ਹਾਂ, ਘਰ ਚੱਲਦੇ ਹਾਂ, ਫਿਰ ਘਰ ਜਾ ਕੇ ਥੋੜ੍ਹਾ ਕੰਮ ਕਰੀਏ, ਫਿਰ ਤੁਹਾਨੂੰ ਸ਼ਾਮ ਨੂੰ ਮਿਲੂੰਗੇ। ਠੀਕ ਹੈ ਜੀ, ਬਾਕੀ ਤਾਂ ਹਾਲੇ ਹਵਨ ਤਾਂ ਹੋ ਗਿਆ, ਹੁਣ ਸਾਰੇ ਪ੍ਰਸ਼ਾਦ ਲੈ ਰਹੇ ਹਾਂ, ਹੁਣ 10-15 ਮਿੰਟ 'ਚ ਅਸੀਂ ਵੀ ਘਰ ਚੱਲਦੇ ਹਾਂ। ਠੀਕ ਹੈ ਜੀ, ਗਾਈਸ ਫਾਈਨਲੀ ਹੁਣ ਅਸੀਂ ਆ ਗਏ ਇੱਥੇ, ਹੁਣ ਸਾਰੇ ਫੋਟੋ ਸ਼ੂਟ ਕਰਵਾ ਰਹੇ ਹਾਂ, ਇੱਥੇ ਡੈਕੋਰੇਸ਼ਨ ਵਧੀਆ ਹੈ। ਬਾਕੀ ਤਾਂ ਹੁਣ ਅਸੀਂ ਚੱਲਦੇ ਹਾਂ, 10:30 ਹੋ ਗਏ, ਘਰ ਜਾ ਕੇ ਚੱਲਦੇ ਹਾਂ, ਫਿਰ ਘਰ ਜਾ ਕੇ ਤੁਹਾਨੂੰ ਪੂਰਵ ਦੱਸਦੇ ਹਾਂ। ਠੀਕ ਹੈ ਜੀ, ਬਾਕੀ ਸ਼ਾਮ ਨੂੰ ਆਉਂਗੇ, ਤੁਹਾਨੂੰ ਸ਼ਾਮ ਨੂੰ ਮਿਲੂੰਗੇ। ਬਾਕੀ ਮੈਂ ਜਾ ਕੇ ਹੁਣ ਬਲੌਗ ਅਪਲੋਡ ਕਰ ਦੂੰਗਾ, 12-12:30 ਵਜੇ ਤੱਕ ਬਲੌਗ ਆ ਜੂੰਗਾ, ਤੁਸੀਂ ਦੇਖ ਲਿਓ ਸਾਰੇ ਗਗਜ਼ ਵਰਲਡ ਚੈਨਲ 'ਚ। ਠੀਕ ਹੈ ਜੀ, ਲਾਈਕ ਸ਼ੇਅਰ ਕਮੈਂਟ ਕਰਦਾ ਕਰੋ। ਬਾਕੀ ਤਾਂ ਹੁਣ ਇਹਦੇ ਡੈਕੋਰੇਸ਼ਨ ਤਾਂ ਵਧੀਆ ਇਹਨਾਂ ਦੀ, ਅਤੇ ਹੁਣ ਅਸੀਂ ਘਰ ਚੱਲਦੇ ਫਟਾਫਟ, ਅਤੇ ਘਰ ਜਾ ਕੇ ਕੰਮ ਕਰਨਾ, ਅਤੇ ਸ਼ਾਮ ਨੂੰ ਮਿਲਦੇ ਤੁਹਾਨੂੰ ਫਿਰ। ਠੀਕ ਹੈ ਜੀ, ਬਾਏ ਬਾਏ। ਦੇਖੋ ਜੀ, ਫਾਈਨਲੀ ਹੁਣ ਜਾ ਰਹੇ ਹਾਂ ਰੋਪੜ, ਮੈਂ ਅਤੇ ਪਾਪਾ, ਅਤੇ ਹੁਣ ਮੈਂ ਫ੍ਰੀ ਹੋਇਆ, ਇਸ ਟਾਈਮ 12 ਵੱਜ ਗਏ, ਧੁੱਪ ਬਹੁਤ ਜ਼ਿਆਦਾ ਤੇਜ਼ ਆ ਦੇਖੋ। ਠੀਕ ਹੈ ਜੀ, ਹੁਣ ਨਿਕਲ ਰਹੇ ਹਾਂ ਰੋਪੜ, ਲਹਿਰ ਸ਼ਾਹ ਮੰਦਰ ਚੱਲਦੇ ਆ, 2-3 ਮੰਦਰ ਚੱਲਦੇ ਆ, ਅਤੇ ਜੋ ਵੀ ਇੱਥੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਆਊਗਾ ਉਹ ਅਸੀਂ ਤੁਹਾਨੂੰ ਦੱਸੂਗੇ। ਠੀਕ ਹੈ ਜੀ, ਹੁਣ ਨਿਕਲ ਰਿਹਾ ਬਸ, 5 ਮਿੰਟ 'ਚ ਨਿਕਲ ਰਿਹਾ ਬਸ, ਫਿਰ ਤੁਹਾਨੂੰ ਦੱਸਦੇ ਪ੍ਰੋਪਰ ਵਿਊ। ਬਾਕੀ ਤਾਂ ਹਲੇ ਫਿਲਹਾਲ ਇੱਥੇ ਹੀ ਅਸੀਂ, ਚਲੋ ਚੱਲੀਏ ਯਾਰ। ਦੇਖੋ ਰੋਪੜ ਆ ਗਿਆ ਅਸੀਂ ਲਹਿਰੀ ਸ਼ਾਹ ਮੰਦਰ, ਅਤੇ ਲਹਿਰੀ ਸ਼ਾਹ ਮੰਦਰ 'ਚ ਵੀ ਹਲੇ ਤਿਆਰੀਆਂ ਚੱਲ ਰਹੀਆਂ ਜਨਮ ਅਸ਼ਟਮੀ ਦੀਆਂ। ਸ਼ਾਮ ਨੂੰ ਬਈ ਇੱਥੇ ਵੀ ਅਸੀਂ ਸ਼ਾਮ ਨੂੰ ਵੀ ਆਉਂਗੇ, 6:30-7 ਵਜੇ ਦੱਸੂਗੇ। ਹਲੇ ਲੜੀਆਂ ਲੱਗ ਰਹੀਆਂ ਦੇਖੋ, ਸਾਰੇ ਆਪਣਾ ਕੰਮ ਕਰ ਰਹੇ ਹਾਂ, ਅਤੇ ਅਸੀਂ ਤੁਹਾਨੂੰ ਇਸ ਤੋਂ ਬਾਅਦ ਆਪਣੇ ਡੈਕੋਰੇਸ਼ਨ ਦਿਖਾ ਦਿੰਦੇ ਹਾਂ ਜਿੰਨਾ ਵੀ ਹੁੰਦਾ। ਇਹ ਗੱਲਾਂ ਮੈਂ ਦੇਖੋ ਮੰਦਰ ਇਸ ਟਾਈਮ ਬੰਦ ਹੋ ਗਿਆ, ਇਸ ਟਾਈਮ 12:15 ਹੋ ਗਿਆ, ਇਹ ਕਹਿੰਦੇ ਇਸ ਟਾਈਮ ਮੰਦਰ ਬੰਦ ਹੋ ਗਿਆ, ਸ਼ਾਮ ਨੂੰ 4 ਵਜੇ ਖੁੱਲੂੰਗਾ, ਅਤੇ ਅਸੀਂ ਹੁਣ 6:30-7 ਵਜੇ ਆਉਂਗੇ। ਠੀਕ ਹੈ ਜੀ, ਦੇਖੋ ਹਾਲੇ ਤਿਆਰੀਆਂ ਚੱਲ ਰਹੀਆਂ, ਹਾਲੇ ਮੂਰਤੀ ਮਾਰਤੀ ਰੱਖੀ ਇਹਨਾਂ ਨੇ ਸਭ ਤੋਂ ਜ਼ਿਆਦਾ, ਹਰ ਕੋਲ ਹਾਲੇ ਲਾਈਟਿੰਗ ਚੱਲ ਰਹੀ ਹੈ, ਇੱਥੇ ਵੀ ਹਾਲੇ ਆਪਣਾ ਚੱਲ ਰਿਹਾ, ਤਿਆਰੀਆਂ ਚੱਲ ਰਹੀਆਂ। ਠੀਕ ਹੈ ਜੀ, ਹੁਣ ਮੰਦਰ ਬੰਦ ਹੋ ਗਿਆ, ਲਹਿਰਸ਼ਾ ਮੰਦਰ ਰੋਪੜ, ਸਾਰੇ ਮੰਦਰ ਲਗਭਗ ਬੰਦ ਹੋ ਗਏ ਆ, 12 ਵੱਜ ਚੁੱਕੇ ਨੇ ਇਸ ਟਾਈਮ, 4 ਵਜੇ ਮੰਦਰ ਖੁੱਲੂਗੇ, ਅਤੇ ਹੁਣ 6:30-7 ਵਜੇ ਆਉਂਗੇ, ਤਾਂ ਅਸੀਂ ਲਹਿਰਸ਼ਾ ਮੰਦਰ ਦੀ ਪ੍ਰੋਪਰ ਡੈਕੋਰੇਸ਼ਨ ਦੱਸੂਗਾ। ਠੀਕ ਹੈ ਜੀ, ਹੁਣ ਚੱਲਦੇ ਸੀ, ਅਸੀਂ ਤਾਂ ਹੁਣ ਦਰਸ਼ਨ ਕਰ ਲਏ ਹਾਂ ਇਹਨਾਂ ਦੇ, ਅਤੇ ਹੁਣ ਅਸੀਂ ਸ਼ਾਮ ਨੂੰ ਆਉਂਗੇ। ਠੀਕ ਹੈ ਜੀ, ਬਾਏ ਬਾਏ।